ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਖੇਤੀਬਾੜੀ ਸੰਬੰਧੀ ਨਵੀਂ ਨੀਤੀ ਦੇ ਵਿੱਚ ਇਹ ਸੰਕੇਤ ਦਿੱਤੇ ਗਏ ਹਨ ਕਿ ਹੁਣ ਪੰਜਾਬ ਦੇ ਵੱਡੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਦੇਣੇ ਪੈਣਗੇ ਇਸ ਖੇਤੀਬਾੜੀ ਸੰਬੰਧੀ ਯੋਜਨਾ ਨੂੰ 30 ਜੂਨ ਤੱਕ ਕੈਬਨਿਟ ਕੋਲੋਂ ਮਨਜ਼ੂਰੀ ਮਿਲ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਸਨ ਪਰ ਜਿਵੇਂ ਹੀ ਕੈਪਟਨ ਸਰਕਾਰ ਸੱਤਾ ਵਿੱਚ ਆਈ ਉਦੋਂ ਤੋਂ ਹੀ ਕਿਸਾਨਾਂ ਤੋਂ ਬਿਜਲੀ ਦੇ ਬਿੱਲ ਲਏ ਜਾਣ ਦੀਆਂ ਚਰਚਾਵਾਂ ਜ਼ੋਰਾਂ ਤੇ ਹਨ ਇਸ ਸੰਬੰਧੀ ਪਟਿਆਲਾ ਤੋਂ ਅਜੀਤ ਦੇ ਪੱਤਰਕਾਰ ਅਮਨਦੀਪ ਸਿੰਘ ਨੇ ਕੁਝ ਕਿਸਾਨਾਂ ਦੇ ਨਾਲ ਇਸ ਨਵੀਂ ਨੀਤੀ ਦੇ ਬਾਰੇ ਗੱਲ ਕੀਤੀ ਉਹਨਾਂ ਕਿਸਾਨਾਂ ਨੇ ਇਸ ਨਵੀਂ ਨੀਤੀ ਬਾਰੇ ਕੀ ਕਿਹਾ ਆਓ ਜਾਣਦੇ ਹਾਂ ਪੰਜਾਬ ਸਰਕਾਰ ਦੀ ਇਸ ਖੇਤੀ ਸੰਬੰਧੀ ਨਵੀਂ ਨੀਤੀ ਦੇ ਅਨੁਸਾਰ ਵੱਡੇ ਕਿਸਾਨਾਂ ਨੂੰ ਮਿਲ ਰਹੀਆਂ ਸਬਸਿਡੀਆਂ ਨੂੰ ਖਤਮ ਕਰਕੇ ਇਹਨਾਂ ਨੂੰ ਛੋਟੇ ਕਿਸਾਨਾਂ ਅਤੇ ਮਜ਼ਦੂਰ ਕਿਸਾਨਾਂ ਦੀ ਭਲਾਈ ਲਈ ਖਰਚਿਆ ਜਾਵੇਗਾ ਇਸ ਨਵੀਂ ਨੀਤੀ ਤਹਿਤ 10 ਏਕੜ ਜਾਂ ਫਿਰ ਇਸ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਦੇ ਨਾਲ ਬਿੱਲ ਅਦਾ ਕਰਨੇ ਹੋਣਗੇ 10 ਏਕੜ ਤੋਂ ਮੰਨ ਲਓ 11 ਏਕੜ ਜ਼ਮੀਨ ਹੈ 1 ਏਕੜ ਵਧਿਆ ਠੀਕ ਹੈ ਉਹਦੇ ਇਨਕਮ ਦੇ ਹਿਸਾਬ ਨਾਲ ਜਿਵੇਂ ਮੁਲਾਜ਼ਮ ਬੰਦਾ ਹੋਵੇ ਉਹਦੀ ਇਨਕਮ ਦੇਖੀ ਜਾਵੇ ਇਨਕਮ ਦੇ ਹਿਸਾਬ ਨਾਲ ਹੋਵੇ ਇਸ ਤਰ੍ਹਾਂ ਦੀ ਇਹ ਲਾਗੂ ਹੋਣਾ ਚਾਹੀਦਾ ਬਿਲਕੁਲ ਬੇਕਾਰ ਸਰਕਾਰ ਜੀ 1.5 ਸਾਲ ਹੋ ਗਏ ਇਹਨੂੰ ਕਿਸਾਨ ਮਰ ਰਿਹਾ ਜੀ ਲਾਈਟ ਇਹ ਘੰਟੇ 5-5 ਘੰਟੇ ਲਾਈਟ ਆ ਰਹੀ ਹੈ ਜੀ ਇਸ ਤੋਂ ਇਲਾਵਾ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਹੀ ਮੁਆਫ ਕੀਤੇ ਜਾਣਗੇ ਭਾਵੇਂ ਸਰਕਾਰ ਕੋਲ ਜ਼ਮੀਨੀ ਮਾਲਕੀ ਸੰਬੰਧੀ ਠੋਸ ਅੰਕੜੇ ਮੌਜੂਦ ਨਹੀਂ ਹਨ ਪਰ ਆਮਦਨ ਕਰ ਦੇ ਰਹੇ ਲਗਭਗ 1 ਲੱਖ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਨੂੰ ਬੰਦ ਕਰਨ ਦੀ ਤਜਵੀਜ਼ ਕੀਤੀ ਗਈ ਹੈ ਵੱਡੇ ਕਿਸਾਨਾਂ ਨੂੰ ਹੁਣ ਦੇਣਾ ਪਏਗਾ ਬਿਜਲੀ ਦਾ ਬਿੱਲ ਜੀ ਹਾਂ ਪੰਜਾਬ ਸਰਕਾਰ ਦੀ ਨਵੀਂ ਨੀਤੀ ਮੁਤਾਬਿਕ ਹੁਣ ਵੱਡੇ ਕਿਸਾਨਾਂ ਨੂੰ ਬਿਜਲੀ ਦਾ ਬਿੱਲ ਜਿਹੜਾ ਹੈ ਦੇਣਾ ਪਵੇਗਾ 10 ਏਕੜ ਜਾਂ ਉਸ ਤੋਂ ਵੱਧ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਹਿਸਾਬ ਪਾਵਰ ਦੇ ਹਿਸਾਬ ਨਾਲ ਬਿਜਲੀ ਦਾ ਬਿੱਲ ਜਿਹੜਾ ਹੈ ਦੇਣਾ ਪਵੇਗਾ ਅਤੇ ਉਹ ਜਿਹੜਾ ਬਿੱਲ ਹੈ ਜਿਹੜੀ 1000 ਕਰੋੜ ਰੁਪਏ ਦੀ ਜਿਹੜੀ ਰਕਮ ਹੈ ਜਿਹੜੀ ਇਕੱਠੀ ਹੋਊਗੀ ਉਹ ਇੱਕ ਛੋਟੇ ਕਿਸਾਨਾਂ ਦੀ ਭਲਾਈ ਲਈ ਜਿਹੜੀ ਆ ਖਰਚ ਕੀਤੀ ਜਾਏਗੀ ਸਾਡੇ ਨਾਲ ਮੌਜੂਦ ਨੇ ਕੁਝ ਕਿਸਾਨ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਉਹਨਾਂ ਲਈ ਇਹ ਲਾਹੇਵੰਦ ਹੋਊਗਾ ਕਿੰਨੀ ਏਕੜ ਜ਼ਮੀਨ ਹੈ ਤੁਹਾਡੇ ਕੋਲ ਅਤੇ ਇਹ ਜਿਹੜੀ ਸਰਕਾਰ ਦੀ ਜਿਹੜੀ ਨਵੀਂ ਨੀਤੀ ਦੇ ਹਿਸਾਬ ਨਾਲ 10 ਏਕੜ ਤੋਂ ਉੱਪਰ ਵਾਲੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਜਿਹੜਾ ਬਿਜਲੀ ਦਾ ਬਿੱਲ ਦੇਣਾ ਪਏਗਾ ਕੀ ਸਮਝਦੇ ਹੋ ਤੁਸੀਂ ਇਸ ਨੂੰ ਇਹ ਅਸੀਂ ਠੀਕ ਨਹੀਂ ਸਮਝਦੇ ਕਿਉਂਕਿ 10 ਏਕੜ ਤੋਂ ਮੰਨ ਲਓ 11 ਏਕੜ ਜ਼ਮੀਨ ਹੈ 1 ਏਕੜ ਵਧਿਆ ਠੀਕ ਹੈ ਉਹਦੇ ਇਨਕਮ ਦੇ ਹਿਸਾਬ ਨਾਲ ਜਿਵੇਂ ਮੁਲਾਜ਼ਮ ਬੰਦਾ ਹੋਵੇ ਉਹਦੀ ਇਨਕਮ ਦੇਖੀ ਜਾਵੇ ਇਨਕਮ ਦੇ ਹਿਸਾਬ ਨਾਲ ਹੋਵੇ ਇਸ ਤਰ੍ਹਾਂ ਦੀ ਇਹ ਲਾਗੂ ਹੋਣਾ ਚਾਹੀਦਾ ਤੁਸੀਂ ਨਾ ਸੰਤੁਸ਼ਟ ਹੋ ਇਸ ਤੋਂ ਨਾ ਸੰਤੁਸ਼ਟ ਹਾਂ ਅਸੀਂ ਤੁਹਾਡੇ ਕੋਲ ਕਿੰਨੀ ਏਕੜ ਜ਼ਮੀਨ ਹੈ 3 ਏਕੜ ਹੈ ਜੀ 3 ਏਕੜ ਵਾਲੇ ਜਿਹੜੇ ਹੈਗੇ ਆ 10 ਏਕੜ ਤੋਂ ਘੱਟ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਭਲਾਈ ਲਈ ਜਿਹੜਾ ਖਰਚ ਹੋਏਗਾ ਜਿਹੜਾ 10 ਏਕੜ ਤੋਂ ਉੱਪਰ ਦੇ ਜਿਹੜੇ ਕਿਸਾਨਾਂ ਤੋਂ ਵਸੂਲੀ ਜਾਏਗਾ ਜਿਹੜਾ ਬਿਜਲੀ ਦਾ ਬਿੱਲ ਤੁਸੀਂ ਤੁਹਾਨੂੰ ਕੀ ਲੱਗਦਾ ਕੀ ਸਮਝਦੇ ਹੋ ਇਸ ਨੂੰ ਗਲਤ ਹੈ ਜੀ ਇਹ ਵਸੂਲਣਾ ਬਿੱਲ ਇਹਨਾਂ ਵਾਸਤੇ ਵੀ ਗਲਤ ਹੈ ਬਿੱਲ ਜਿਹੜਾ ਲਾ ਰਹੇ ਨੇ 11 ਏਕੜ ਇਹਦਾ ਸਾਰੇ ਇੱਕੋ ਸਾਰ ਰੱਖਣਾ ਸਾਰਿਆਂ ਨੂੰ ਸਾਰੇ ਇੱਕੋ ਸਾਰ ਉਹ ਕਰਨ ਇੱਕ ਫਿਰ ਲਾਈਟ ਤਾਂ ਉਨੀ ਉਹ ਹੋ ਰਹੀ ਹੈ ਬਿਲਕੁਲ ਗਲਤ ਨੀਤੀ ਹੈ ਇਹ ਗੌਰਮੈਂਟ ਦੀ ਠੀਕ ਤੁਸੀਂ ਯਾਨੀ ਇਹ ਸਰਕਾਰ ਦੀ ਨੀਤੀ ਤੋਂ ਨਾ ਸੰਤੁਸ਼ਟ ਹੋ ਨਾ ਜੀ ਨਾ ਕੋਈ ਤੇ ਤੁਹਾਡੇ ਕੋਲ ਕਿੰਨੀ ਏਕੜ ਜ਼ਮੀਨ ਹੈ 1 ਏਕੜ ਦਾ ਜੀ ਤੇ 10 ਏਕੜ ਤੋਂ ਘੱਟ ਦੇ ਜਿਵੇਂ ਪਤਾ ਤੁਹਾਨੂੰ ਨੀਤੀ ਤਿਆਰ ਹੋਈ ਹੈ ਕਿ ਬਿਜਲੀ ਦਾ ਬਿੱਲ ਜਿਹੜਾ ਹੈਗਾ ਉਹਨਾਂ ਦੀ ਭਲਾਈ ਲਈ ਖਰਚ ਹੋਏਗਾ ਜਿਹੜੇ 10 ਏਕੜ ਤੋਂ ਉੱਪਰ ਦੇ ਜਿਹੜੇ ਕਿਸਾਨਾਂ ਤੋਂ ਬਿੱਲ ਵਸੂਲਿਆ ਜਾਏਗਾ ਕੀ ਸਮਝਦੇ ਹੋ ਤੁਸੀਂ ਅੱਜ ਤਾਂ ਸਾਰਿਆਂ ਨੂੰ ਗਲਤ ਸਮਝਦੇ ਹਾਂ ਜੀ ਬਿੱਲ ਲੱਗਣਾ ਨਹੀਂ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਇਹ ਲਾਈਟ ਬਾਰੇ ਵੀ ਕਹਿੰਦੇ ਵੀ 8-8 ਘੰਟੇ ਲਾਈਟ ਦੇਵਾਂਗੇ ਜੀ ਲਾਈਟ 7-7 ਘੰਟੇ ਲਾਈਟ ਚੱਲਦੀ ਆ 4 ਦਿਨ ਹੋ ਗਏ ਲਾਈਟ ਆਈ ਨੂੰ 20 ਤਰੀਕ ਨੂੰ ਲਾਈਟ ਆਈ ਆ 3 ਦਿਨ ਕੱਟ ਲਾਉਂਦੇ ਰਹੇ ਨੇ ਜੀ ਅੱਜ ਵੀ ਕੱਟ ਲੱਗ ਰਿਹਾ ਜੀ ਕੋਈ ਸਾਨੂੰ ਲਾਹੇਵੰਦ ਨਹੀਂ ਹੈ ਸਾਨੂੰ ਲਾਈਟ ਦਾ ਕੋਈ ਲਾਹੇ ਨਹੀਂ ਬਿੱਲ ਵੀ ਤਾਂ ਹੀ ਭਰਾਂਗੇ ਜੇ ਲਾਈਟ ਪੂਰੀ ਹੋਊ ਜੀ ਇਹ ਗਲਤ ਹੈ ਜੀ ਸਾਨੂੰ ਤਾਂ ਚੰਗਾ ਕੰਮ ਨਹੀਂ ਵਧੀਆ ਹਰੇ ਕੈਪਟਨ ਸਰਕਾਰ ਨੇ ਕਿਹਾ ਸੀ ਬਿੱਲ ਤਾਂ ਵੀ ਅਸੀਂ ਲਾਉਂਦੇ ਨਹੀਂ ਹੈਗੇ ਇਹ ਬਿੱਲ ਲਾਗੂ ਕਰ ਰਹੇ ਨੇ ਜੀ ਹੁਣ ਸਾਡੀਆਂ ਫਸਲਾਂ ਦਾ ਕੋਈ ਭਾਅ ਨਹੀਂ ਹੈਗਾ ਜੀ ਜੀਰੀਆਂ ਦਾ ਨਹੀਂ ਮਿਰਚਾਂ ਦਾ ਦੇਖੋ ਹਾਲ ਤੁਸੀਂ ਮਿਰਚਾਂ ਦਾ ਦੇਖ ਲਓ ਪਹਿਲਾਂ ਮਟਰਾਂ ਦਾ ਹਾਲ ਦੇਖੋ ਜੀ ਕਾਂਗਰਸ ਦੀ ਸਰਕਾਰ ਦੇ ਵਿੱਚ ਬੁਰਾ ਹਾਲ ਆ ਜੀ ਸਾਡਾ ਹੁਣ ਜ਼ਿਮੀਂਦਾਰ ਖਤਮ ਹੋਏ ਪਏ ਨੇ ਜੀ ਇਸ ਟਾਈਮ ਅੱਛਾ ਕਿਤੇ ਨਾ ਕਿਤੇ ਯਾਨੀ ਜ਼ਿਮੀਂਦਾਰ ਨੂੰ ਕੋਈ ਫਰਕ ਨਹੀਂ ਮੀਨ ਉਹਦਾ ਨੁਕਸਾਨ ਹੀ ਹੈ ਜੇ ਇਹ ਨੀਤੀ ਲਾਗੂ ਹੁੰਦੀ ਹਾਂਜੀ ਨੀਤੀ ਲੱਗੀ ਹੋਊਗੀ ਜੀ ਸਾਨੂੰ ਨੁਕਸਾਨ ਬਹੁਤ ਹੈ ਜ਼ਿਮੀਂਦਾਰ ਤਾਂ ਪਹਿਲਾਂ ਹੀ ਮਰੇ ਪਏ ਨੇ ਜੀ
ਜ਼ਿਮੀਦਾਰਾਂ ਦਾ ਕਰਜ਼ੇ ਚੜ੍ਹੇ ਪਏ ਨੇ ਜੀ, ਥਾਂ ਥਾਂ ਕਰਜ਼ੇ ਨੇ ਲਈ ਬੈਠੇ ਜੀ, ਬੈਂਕਾਂ 'ਚੋਂ ਕਰਜ਼ੇ ਲਈ ਬੈਠੇ ਹਾਂ। ਫਿਰ ਕਹਿੰਦੇ ਵੀ ਅਸੀਂ ਤੁਹਾਨੂੰ ਕਰਜ਼ੇ ਮਾਫ਼ ਕਰਾਂਗੇ, ਉਹ ਕਰਜ਼ੇ ਸਾਡੇ ਹੁਣ ਤੱਕ ਮਾਫ਼ ਨਹੀਂ ਹੋਏ ਜੀ, 4 ਏਕੜਾਂ ਦੇ ਵੀ ਨਹੀਂ ਹੋਏ, 5 ਏਕੜਾਂ ਦੇ ਵੀ ਨਹੀਂ ਹੋਏ ਜੀ, ਅਜੇ ਤੱਕ ਲਾਰੇ ਲਾਈ ਜਾਂਦੇ ਨੇ। 1.5 ਸਾਲ ਹੋ ਗਏ ਜੀ ਸਰਕਾਰ ਆਈ ਨੂੰ, 1.5 ਸਾਲ ਦੇ ਵਿੱਚ ਜ਼ਿਮੀਦਾਰ ਸਮਾਂ ਮਰ ਰਹੇ ਨੇ ਜੀ, ਇੱਦਾਂ ਦਾ ਤਾਂ ਬਹੁਤ ਨੁਕਸਾਨ ਹੋ ਰਿਹਾ ਸਾਨੂੰ। ਕਿੰਨੇ ਏਕੜ ਜੀ ਤੁਹਾਡੇ ਕੋਲ ਜ਼ਮੀਨ? 6 ਏਕੜ ਜੀ। ਇਹ ਤੁਸੀਂ ਨੀਤੀ ਤੋਂ ਇਹ ਤੋਂ ਖੁਸ਼ ਹੋ? ਅਸੀਂ ਖੁਸ਼ ਨਹੀਂ, ਬੇਤ ਹੋ ਸਰਕਾਰ ਤੋਂ ਤੰਗ ਆ ਬਿਲਕੁਲ। ਇਹ ਜਿਹੜੀ ਕਾਂਗਰਸ ਸਰਕਾਰ ਹੈ, ਜਿੱਦਣ ਇਹ ਵਾਅਦੇ ਕਰ ਚੁੱਕੀ ਹੈ, ਇਹ ਲਾਈਟ ਦਾ ਵੀ ਕਰ ਗਈ, ਇਹ ਕਰਜ਼ੇ ਦਾ ਵੀ ਕਰ ਗਈ, ਬਿਲਕੁਲ ਬੇਕਾਰ ਹੈ ਸਰਕਾਰ ਜੀ। 1.5 ਸਾਲ ਹੋ ਗਏ ਇਹਨੂੰ, ਕਿਸਾਨ ਮਰ ਰਿਹਾ ਜੀ, ਲਾਈਟ ਘੰਟੇ 5-5 ਘੰਟੇ ਲਾਈਟ ਆ ਰਹੀ ਹੈ ਜੀ। ਤੁਸੀਂ ਨਾ ਸੰਤੁਸ਼ਟ ਹੋ ਮੈਨੇ ਸਰਕਾਰ, ਤੁਸੀਂ ਗੌਰਮੈਂਟ ਬੇਗਲਤ ਆ ਜੀ, ਸਾਰਾ ਇਹ ਸਰਕਾਰ ਕਰ ਰਹੀ ਹੈ ਜੀ, ਧੱਕਾ ਕਰ ਰਹੀ ਹੈ ਜ਼ਿਮੀਦਾਰਾਂ ਨਾਲ। ਕੋਈ ਰੇਟ ਨਹੀਂ ਫਸਲ ਦੇ ਰਹੀ ਜੀ ਗੌਰਮੈਂਟ ਨੇ, ਜ਼ਿਮੀਦਾਰ ਕਰੂਗੀ ਜੀ, ਜ਼ਿਮੀਦਾਰ ਮਰੇ ਰਹੇ ਨੇ ਜੀ ਹੁਣ। ਕੋਈ ਕਰਜ਼ਾ ਕਹਿੰਦੇ ਸਟੈਟੀਆਂ ਦਾ ਮਾਫ਼ ਕਰਾਉਣੇ, ਉਹ ਨਹੀਂ ਕਰਿਆ ਜੀ ਇਹਨਾਂ ਨੇ। ਕਿੰਨੀ ਕੁ ਜ਼ਮੀਨ ਹੈ ਜੀ? ਮੇਰੇ ਕੋਲ 12 ਏਕੜ ਜ਼ਮੀਨ ਆ ਜੀ। ਅਤੇ ਜਿਵੇਂ 12 ਏਕੜ ਜ਼ਮੀਨ ਵਾਲੇ ਨੂੰ ਹੁਣ ਬਿਜਲੀ ਦਾ ਜਿਹੜਾ ਬਿੱਲ ਹੈਗਾ ਨਵੀਂ ਨੀਤੀ ਦੇ ਹਿਸਾਬ ਨਾਲ ਦੇਣਾ ਪਊਗਾ, ਅਤੇ ਕੀ ਸਮਝਦੇ ਹੋ ਤੁਸੀਂ ਇਸ? ਇਹ ਸਰ ਪਹਿਲਾਂ ਤਾਂ ਕੈਪਟਨ ਸਰਕਾਰ ਨੇ ਜੀ ਮਤਲਬ ਕਹਿੰਦੇ ਵੀ ਕਿਸਾਨਾਂ ਦਾ ਕੋਈ ਬਿੱਲ ਲਾਗੂ ਨਹੀਂ ਹੋਊਗਾ ਜੀ, ਅਤੇ ਵੋਟਾਂ ਲੈ ਲਈਆਂ ਜੀ ਸਾਤੋਂ, ਚਾਹੇ ਛੋਟਾ ਹੋਵੇ ਚਾਹੇ ਬੜਾ ਹੋਵੇ, ਕਿਸਾਨ ਤਾਂ ਕਿਸਾਨ ਆ ਜੀ, ਅਤੇ ਸਾਤੋਂ ਵੋਟਾਂ ਲੈ ਲਈਆਂ ਜੀ, ਵੋਟਾਂ ਲੈ ਕੇ ਹੁਣ ਬਿੱਲ ਲਾਗੂ ਕਰ ਰਹੇ ਨੇ ਜਿਹੜਾ ਇਹ, ਇਹ ਮਤਲਬ ਕਿਸਾਨਾਂ ਲਈ ਬਹੁਤ ਭਿਆਨਕ ਹੋਊਗਾ, ਇਹਦਾ ਰਿਜ਼ਲਟ ਹੋਊਗਾ ਜੀ। ਅਤੇ ਬੜਿਆਂ ਦਾ ਪਹਿਲਾਂ ਕਹਿ ਕੇ ਜੀ ਮਤਲਬ ਛੋਟਿਆਂ ਦਾ ਵੀ ਇਹ ਲਾਗੂ ਕਰ ਦੇਣਗੇ ਜੀ, ਹੌਲੀ ਹੌਲੀ ਛੋਟੇ ਏਕੜ ਵਾਲੇ ਵੀ ਇਹਦੇ ਵਿੱਚ ਆ ਜਾਣਗੇ। ਇਹ ਸਰਕਾਰ ਦੀ ਨੀਤੀ ਹੁੰਦੀ ਹੈ ਜੀ, ਪਹਿਲਾਂ ਵੱਡਿਆਂ ਨਾਲ ਕਹਿ ਕੇ ਇਹ ਛੋਟਿਆਂ ਨੂੰ ਵੀ ਵਿੱਚ ਲੈ ਲੈਣਗੇ ਜੀ। ਅਤੇ ਤੁਸੀਂ ਨਾ ਸੰਤੁਸ਼ਟ ਹੋ? ਹਾਂਜੀ ਹਾਂ, ਇਹ ਨੀਤੀ ਬਹੁਤ ਕਿਸਾਨ ਵਿਰੋਧੀ ਹੈ ਜੀ, ਇਹ ਮਤਲਬ ਕਿਸਾਨ ਤਾਂ ਪਹਿਲਾਂ ਹੀ ਬਹੁਤ ਮਰਿਆ ਪਿਆ ਜੀ, ਆਤਮ ਹੱਤਿਆ ਕਰ ਰਿਹਾ, ਅਤੇ ਇਹ ਹੋਰ ਬੋਝ ਪਏਗਾ ਕਿਸਾਨ 'ਤੇ ਜੀ, ਇਹ ਬਿੱਲ ਕਿੱਥੋਂ ਭਰੇਗਾ ਜੀ ਕਿਸਾਨ? ਇਹ ਨੀਤੀ ਬਹੁਤ ਜੱਟਾਂ ਲਈ ਹਾਨੀਕਾਰਕ ਹੈ ਜੀ। ਇਸ ਪੰਜਾਬ ਸਰਕਾਰ ਦੀ ਖੇਤੀਬਾੜੀ ਬਾਰੇ ਨਵੀਂ ਨੀਤੀ ਦੇ ਉੱਪਰ ਪਾਵਰਕੌਮ ਦੇ ਅਧਿਕਾਰੀ ਬਲਦੇਵ ਸਿੰਘ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਇਹ ਸਰਕਾਰ ਦੀ ਨੀਤੀ ਕੋਈ ਸਾਡੇ ਕੋਲ ਨਹੀਂ ਆਈ ਇੱਦਾਂ ਦੀ, ਮੇਰੇ ਕੋਲ ਕੋਈ ਇੱਦਾਂ ਦੀ ਨੀਤੀ ਨਹੀਂ ਆਈ। ਇਹ ਸਰਕਾਰੀ ਪੱਧਰ ਦੇ ਉੱਤੇ ਜਿਸ ਤਰ੍ਹਾਂ ਦੀ ਵੀ ਕੋਈ ਨੀਤੀ ਬਣਾਉਣੀ ਹੈ, ਉਹ ਇਹਦੇ ਬਾਰੇ ਸਰਕਾਰ ਹੀ ਜਿਹੜਾ ਹੈ ਵਧੀਆ ਢੰਗ ਨਾਲ ਦੱਸ ਸਕਦੀ। ਇਸ ਨਵੀਂ ਖੇਤੀਬਾੜੀ ਸੰਬੰਧੀ ਨੀਤੀ ਤੋਂ ਕਿਸਾਨ ਨਾ ਖੁਸ਼ ਨਜ਼ਰ ਆ ਰਹੇ ਹਨ। ਲਗਾਤਾਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਜਿਹੜੇ ਵਾਅਦਿਆਂ ਦੇ ਨਾਲ ਸੱਤਾ ਵਿੱਚ ਆਈ ਸੀ, ਉਹ ਦਾਅਵੇ ਫਿੱਕੇ ਪਏ ਹਨ। ਸੋ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਕਿਸਾਨਾਂ ਵੱਲ ਬਣਦਾ ਧਿਆਨ ਦੇਣਗੀਆਂ ਅਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਵੱਲ ਆਪਣਾ ਧਿਆਨ ਦੇਣਗੀਆਂ। ਸੋ ਇਸ ਦੇ ਨਾਲ ਹੁਣ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ, ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ।